ਸਾਬ ਦੀ ਜਿਹੜੀ ਪਿਛਲੇ ਦਿਨਾਂ ਚ ਮਰਿੰਡੇ ਬੇਅਦਬੀ ਦਾ ਵੀ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਉਹ ਕਿਉਂ ਇਦਾਂ ਉਹ ਤਾਂ ਮੈਂ ਇਹ ਆਖਾਂਗਾ ਵੀ ਸਭ ਕੁਝ ਆਵਪ ਕਰਾਉਂਦੇ ਆ ਆਪਾਂ ਅੱਜ ਕੱਲ ਬੜਾ ਚੱਲਣਦੇ ਆ ਵੀ ਅਗਲਾ ਕਹਿੰਦਾ ਯਾਰ ਇਹ ਤਾਂ ਬੰਦਾ ਸਿਧਰ ਹੈ ਮੈਂਟਲ ਹੈ ਫਿਰ ਉਹ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਕੁੱਟਦਾ ਪਿੰਡ ਵਾਲੇ ਦੇ ਰੋੜਾ ਕਿਉਂ ਨਹੀਂ ਮਾਰਦਾ ਉਹ ਆਉਂਦਾ ਗੁਰੂਗ੍ਰੰਥ ਸਾਹਿਬ ਨਹੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਨਾ ਤੁਸੀਂ ਹੁਣ ਮੈਂ ਆਪਾਂ ਪਰਨਾ ਟੇਡਾ ਜਾਂ ਬੰਨੇ ਆ ਜਾਂ ਕੁਝ ਹੈ ਨਾ ਅਗਲਾ ਕਹੇ ਫੱਕਰ ਬੜਾ ਫਕੀਰ ਹੈ ਮੇਰੀ ਆਪਣੀ ਚੁਆਇਸ ਹੈ ਮੈਨੂੰ ਚੰਗਾ ਲੱਗਦਾ ਜੀ ਤੁਹਾਨੂੰ ਦੱਸਿਆ ਨਾ ਵੀ ਮੈਂ ਪਹਿਲਾਂ ਹਰ ਚੀਜ਼ ਹੰਡਾਈ ਹੈ ਗੁਰੂ ਦੀ ਕਿਰਪਾ ਹੈ ਕਿ ਨਹੀਂ ਕਈ ਤਾਂ ਇਹ ਚੀਜ਼ ਤੂੰ ਲੁਕੋ ਰੱਖਦੇ ਵੀ ਨਹੀਂ ਹੁਣ ਕਈ ਵਾਰੀ ਦਿਲ ਕਰਦਾ ਫਿਰ ਮੈਂ ਕੁੜਤਾ ਪਜਾਮਾ ਪਾ ਲੈਣਾ ਕਿ ਨਹੀਂ ਮਤਲਬ ਇਹ ਇਹ ਗੱਲ ਇਹ ਨਹੀਂ ਹੁੰਦੀ ਗੱਲ ਤੇ ਸਿਰਫ ਇਹ ਅੰਦਰ ਵਿਹਾਸ ਦੀ ਹੈ ਵੀ ਜੋ ਤੁਹਾਡੇ ਅੰਦਰ ਮੈਟਰ ਕੀ ਕਰਦਾ ਜੀ ਤੇ ਫਿਰ ਨਾਲ ਦੀ ਨਾਲ ਹੀ ਜਵਾਬ ਦੇਦਣ ਨਾਲੇ ਸ਼ਹੀਦ ਤੇ ਛੱਡਦੇ ਹੀ ਨਹੀਂ ਉਹ ਤੇਰੇ ਸਾਹਮਣੇ ਹੀ ਹੈ ਅਸੀਂ ਅਸੀਂ ਰਾਖੇ ਜਿਆਦਾ ਬਣੇ ਆ ਨਾ ਵੀ ਅਸੀਂ ਬਹੁਤ ਜਿਵੇਂ ਕਹਿੰਦੇ ਨੇ ਵੀ ਸਾਨੂੰ ਪਤਾ ਗਿਆਨ ਦਾ ਪਰ ਮਹਾਰਾਜੋ ਵੇਖੋ ਨਾਲੇ ਯਾਰ ਜਿਨ੍ਹਾਂ ਦੇ ਬੱਚਿਆਂ ਤੇ ਕਹਿਰ ਕੀਤਾ ਉਹ 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 ਨਹੀਂ ਵਕਤ ਨੇ ਛੱਡੇ ਅਸੂਬੇ ਨੂੰ ਕਿਤੇ ਕਰਕੇ ਜਾਣਿਆ ਜਾਂਦਾ ਉਹਦੀ ਹਕੀਕਤ ਕਰਕੇ ਨਹੀਂ ਉਹਦੀ ਸਾਬਜਾਦਿਆਂ ਦੀ ਕੁਰਬਾਨੀ ਕਰਕੇ ਜਾਣਿਆ ਜਾਂਦਾ ਗੰਗੂ ਨੂੰ ਕਿਤੇ ਕਰਕੇ ਜਾਣਿਆ ਜਾਂਦਾ ਕਲਗੀਧਰ ਦੇ ਵਿਸ਼ੇ ਕਰਕੇ ਤੇ ਮਾਤਾ ਗੁਜਰੀ ਦੇ ਉਹਨਾਂ ਦੇ ਪਰਿਵਾਰ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਕਰਕੇ ਜਾਣਿਆ ਜਾਂਦਾ ਕਿਉਂਕਿ ਉਹਨੇ ਨਮਕ ਖਾਧਾ ਸੀ ਤੁਸੀਂ ਮੈਮੋ ਜਾਂ ਅੱਜ ਕੱਲ੍ਹ ਉਹ ਆਪਾਂ ਕੋਈ ਆ ਇਹ ਵਾਇਰਲ ਹੁੰਦੀ ਏ ਆਪਾਂ ਕੌਣ ਆਪਾਂ ਛਣਕਣੇ ਆ ਆਪਣੇ ਪੱਲੇ ਹੀ ਕੱਖਣੇ ਜਿਹਦੀ ਉਸਤਤ ਕਰਨੇ ਆ ਵਾਇਰਲ ਤੇ ਉਹ ਹੋਉਂਦੇ ਆ ਆਪਾਂ ਤੋਂ ਖਾ ਮਖਾਵਾ ਜਿਵੇਂ ਉਹ ਤੀਲਾ ਨਹੀਂ ਉਹ ਸਾਈਕਲ ਚਲਾਇਆ ਕਦੀ ਜੀ ਕਈ ਵਾਰੀ ਉਹ ਡਾਂਡੇ ਮਿੰਡੇ ਗਿਆ ਪਤਾ ਉਹ ਕਈ ਵਾਰੀ ਕਾਫਰੂਸ ਫਸ ਜਾਂਦਾ ਜੀ ਤੂੰ ਕਾਫਰੂ ਫੈਸ ਹੋ ਜਾ ਫਸ ਜਾਂਦਾ ਉਹ ਚੈਨ ਦੇ ਚੱਕੇ ਚ ਆ ਜਾਂਦਾ ਉਹ ਘਰ ਤਾਂ ਕੀ ਜਾਂਦਾ ਸ਼ਾਇਦ ਰਾਜ ਜਾਮ ਵੀ ਕਰ ਦੇ ਤੇ ਫਿਰ ਉੱਥੇ ਵੇਖਣਾ ਪੈਂਦਾ ਯਾਰ ਇਹ ਮੈਦੇ ਤੇ ਸਬੰਧੀ ਨਹੀਂ ਨੇ ਨਾਲ ਫਿਰ ਇਹ ੱੱਕੇ ਖਾਮ ਖਾਈ ਚਿੰਬੜ ਗਏ ਨੇ ਇਹ ਅੱਜ ਕੱਲ ਜਿਹੜਾ ਸਿਸਟਮ ਚੱਲੰਦੇ ਆ ਖਾਮ ਖਾਈ ਜੀ ਅੰਦਰੋਂ ਇਹ ਡਰਪੋਹ ਨੇ ਡਰੇ ਨੇ ਇਹ ਕਿਤੇ ਇਹਨੂੰ ਜਿਗਰੇ ਵਾਲਾ ਨਾ ਸਮਝ ਲੋ ਇੱਕ ਵਜਨ ਹੈ ਜਦੋਂ ਮਸ਼ਕੀਨੀਆਂ ਦਾ ਜਿਗਰ ਆਉਂਦਾ ਨਾ ਜੀ ਉਦੋਂ ਗੁਰੂ ਅਰਜਨ ਪਾਤਸ਼ਾਹ ਦੇ ਟਾਈਮ ਤੇ ਇੱਕ ਮਸ਼ਕੀਨੀਆਂ ਹੋਇਆ ਹਨਾ ਜੀ ਉਹ ਸਮੇਂ ਚ ਤੁਸੀਂ ਉਹਦੇ ਮਨ ਚ ਸੀ ਵੀ ਮੈਂ ਵੀ ਮੈਂ ਚਰਨ ਪਵਾਵਾ ਮੇਰੇ ਮੇਰੇ ਘਰ ਵੀ ਪਹਿਣ ਉਹਨੂੰ ਕਿਸੇ ਨੇ 500 ਰੁਪਈਆ ਨਹੀਂ ਅਜਦੇ ਸਮੇਂ ਚ ਉਹ 5 ਕਰੋੜ ਪਤਾ ਨਹੀਂ 5 ਲੱਖ ਵਰਗਾ ਹੋਣਾ ਉਹ ਸਮੇਂ 500 ਦੀ ਬੜੀ ਕੀਮਤ ਸੀ ਜੀ ਉਹਨੂੰ 5 ਕਰੋੜ ਨਾ ਸੌਰੀ 500 ਰੁਪਈਆ ਨਹੀਂ ਕਿਸੇ ਨੇ ਦਿੱਤਾ ਉਸੇ ਪਿੰਡ ਚ ਨਾਲ ਹੀ ਕਿਤੇ ਕੋਲ ਹੁੰਦਾ ਇਹ। ਜੀ। ਤੇ ਮਸਕੀਨੀਆਂ ਦਾ ਉਹ ਜਿਹੜਾ ਜਿਵੇਂ ਜਿਵੇਂ ਸਮਾਂ ਮਾੜਾ ਬੰਦਾ ਤੇ ਪਹਿਲਾਂ ਹੀ ਵਕਤ ਦਾ ਮਾਰਿਆ। ਉਹਨੇ ਆਖਿਆ ਵੀ ਇੱਕ ਥਾਂ ਤੇ ਨਾ ਕੋਲ ਹੋਣਾ ਵੀ ਇੱਕ ਪੀਪਾ ਘਿਓ ਦਾ ਜੀ। ਤੇ 500 ਰੁਪਈਆ ਤੇ ਨਾਲ ਉਹ ਡੰਬਲੀ ਦਿੰਦੇ ਨੇ। ਜਿਹੜੇ ਉਹ ਪ੍ਰਵਾਨ ਨਾ ਹੁੰਦੀ ਕਸਰਤ ਕਰਦੇ ਨੇ। ਵੀ ਆਨਾਮ ਹੈ ਉਹ। ਜੀ। ਉਹ ਕਹਿੰਦਾ ਵੀ ਹੋਰ ਤੇ ਕੁਝ ਨਹੀਂ ਮੈਨੂੰ 500 ਰੁਪਈਆ ਹੀ ਮਿਲ ਜੇ। ਵੀ ਮੈਂ ਮਹਾਰਾਜ ਦੇ ਚਰਨ ਪਵਾਦਾ। ਜਦੋਂ ਗਿਆ ਉੱਤਰਿਆ ਲੋਕਾਂ ਨੇ ਟੀਚਰ ਸਮਝੀ ਉਹਦਾ ਇੱਕ ਤਾਂ ਸਰੀਰ ਤਗੜਾ ਇੱਕ ਤਾਂ ਓਕਾ ਹੀ ਹੈਨਾ ਜਦੋਂ ਉੱਤਰਿਆ ਲੋਕਿਆਂ ਨੇ ਮੇਰੇ ਵਰਗੇ ਨੇ ਟੀਚਰ ਸਮਝੀ ਵੀ ਯਾਰ ਬੁੱਲਾ ਇਹਦੇ ਮੌਤ ਨੂੰ ਮਾਸੀ ਕਹਿਣ ਵਾਲਾ ਹੈ ਇਹਦੇ ਆਪ ਮੌਤ ਖਰੀਦ ਦਿੰਦੇ ਆ ਅੱਛਾ ਵੇਖ ਗੁਰੂ ਸਾਹਿਬ ਕਹਿੰਦੇ ਨੇ ਨਾ ਜਿਵੇਂ ਆਪਾਂ ਕਹਿੰਦੇ ਯਾਰ ਬੰਦੇ ਦਾ ਜੀਵਨ ਕਿਵੇਂ ਬਦਲੇ ਆ ਵੇਖੋ ਗੁਰਬਾਣੀ ਦੀ ਤਾਕਤ ਕੀ ਹੈ ਵਿਆਖਿਆ ਹੋਰ ਚੀਜ਼ ਦੀ ਹੈ ਵਿਆਖਿਆ ਤੇ ਇੱਕ ਮੈਂ ਕਹਿੰਦਾ ਵੀ ਰੋਟੀਆਂ ਕਰਨ ਪੂਰਾ ਤਾਲੀਏ ਜੇ ਸੋਚਾਂਗੇ ਨਾ ਵੀ ਕਿਸੇ ਦਾ ਜੀਵਨ ਜੀਵਨ ਤੇ ਗੁਰੂ ਹੀ ਬਦਲਦਾ ਜਾਂ ਸਮਾਂ ਤੇ ਵਕਤ ਬਦਲਦਾ ਹਾਂ ਕਿਤੇ ਕਿਤੇ ਕੋਈ ਸ਼ਬਦਾਸਰ ਕਰ ਜਾਂਦੇ ਨੇ ਜਾਂ ਕੋਈ ਤਰਜ ਵਧੀਆ ਹੋਵੇ ਜਾਂ ਕੋਈ ਕਈ ਵਾਰੀ ਬੋਲਬਾਲਾ ਹੀ ਬੜਾ ਠਕਠਗਿਆ ਹੋਵੇ ਅਗਲਾ ਕਹਿ ਦਿੰਦਾ ਵਾਹ ਵਾਹ ਪਰ ਇੱਕ ਅੰਦਰੋਂ ਆਉਂਦੀ ਏ ਵਾਹ 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 ਹਣਾ ਉਹਦਾ ਆਨੰਦ ਵੱਖਰਾ ਤੇ ਉਹ ਜਦੋਂ ਗਿਆ ਤੇ ਉਹਨੇ ਜਦੋਂ ਪਲਵਾਨ ਫੜਦੇ ਨੇ ਨਾਲ-ਨਾਲ ਗੱਲਾਂ ਕਰਦੇ ਨੇ ਉਹ ਕਹਿੰਦਾ ਯਾਰ ਗੱਲ ਤੇ ਹੈ ਤੂੰ ਇੱਕ ਇੱਕ ਥੱਪੜ ਵੀ ਨਹੀਂ ਮਾਰ ਵੀ ਤੈਨੂੰ ਤਾਂ ਮੈਂ ਉਤਨਾ ਹੀ ਕਮਾਦਾ ਵੀ ਤੇਰੀ ਲੱਗਦਾ ਜਿਵੇਂ ਯਾਰ ਤੂੰ ਐਵੇਂ ਨਹੀਂ ਆਇਆ ਤੇਰੀ ਕੋਈ ਮਜਬੂਰੀ ਏ ਉਹ ਕਹਿੰਦਾ ਵੀ ਗੱਲਾਂ ਇਸ ਤਰ੍ਹਾਂ ਨਹੀਂ ਸੱਜਣਾ ਵੀ ਆਹ ਗੱਲ ਦੇਖ ਲੈ ਵੀ ਮੈਂ ਮੇਰੇ ਮਨ ਦੀ ਇੱਛਾ ਹੈ ਵੀ ਮੈਂ ਤਾਂ ਪਹਿਲਾਂ ਹੀ ਮਰਿਆ ਜੇ ਤੂੰ ਮਾਰਨਾ ਹੁਣ ਉਹਦੇ ਹੱਥੇ ਜਿਹਦੇ ਵੀ ਤੂੰ ਕਿਰਪਾ ਕਰ ਉਨੇ ਜੇ ਤਾਂ ਸਾਰੀ ਸਟੋਰੀ ਦੱਸੀ ਵੀ ਇਸ ਤਰ੍ਹਾਂ ਗੁਰੂ ਸਾਹਿਬ ਦੇ ਚਰਨ ਪਵਾਉਣੇ ਨੇ ਮੇਰੇ ਦਿਲ ਚ ਵੀ ਇੱਛਾ ਵੀ ਮੈਂ ਇੱਥੇ ਨਾਮ ਸੁਣ ਕੇ ਆ ਗਿਆ ਵੀ ਲਾਲਚ ਜਾਗ ਗਿਆ ਵੀ ਚਲੋ ਕੋਈ ਗੱਲ ਨਹੀਂ ਮਾਣ ਫੇਰ ਨਾਲ ਆਉਹੀ ਏ ਕਹਿੰਦਾ ਚੰਗਾ ਫਿਰ ਸਟੋਪਕ ਬੰਦ ਤੂੰ ਕਹਿੰਦਾ ਮੈਨੂੰ ਮਾੜ ਆ ਜਾਣਾ ਇਸ ਤਰ੍ਹਾਂ ਥੋੜਾ ਜਾ ਹੱਥ ਲਾਵੇਂ ਨਾਲੇ ਇੱਕੋ ਦਮ ਕਹਿਦੀ ਹਲਾ ਜਿਵੇਂ ਪਹਿਲਵਾਨ ਕਹਿੰਦੇ ਨਾ ਨਾ ਬਈ ਹਾਂ ਬੰਦੇ ਨੂੰ ਉਹਦੀ ਪੇਠ ਲਵਾਤੀ ਕਹਿੰਦਾ ਮੈਂ ਆਪੀ ਡਿੱਗ ਜਾਣਾ ਤੂੰ ਮੇਰੇ ਉੱਤੇ ਡਿੱਗ ਜੀ ਫਿਰ ਦੱਸੋ ਕੌਣ ਕਰਾ ਮਾਤ ਤਗੜਾ ਕੌਣ ਜਦੋਂ ਅੰਦਰ ਵੱਸਦਾ ਨਾ ਬੱਚੇ ਬੱਸ ਕਹਿਣ ਦੀਆਂ ਹੀ ਗੱਲਾਂ ਨੇ ਹਾਂ ਦੁੱਖ ਬੜਾ ਤਗੜਾ ਵੀ ਏ ਤੇ ਦੁੱਖ ਬੜਾ ਪਹਿਲਵਾਨ ਵੀ ਆਪਣੇ ਤਾਂ ਦੁੱਖ ਕੋਈ ਵੀ ਨਹੀਂ ਆਪਾਂ ਫਿਰ ਵੀ ਆਖਿਆ ਪਤਾ ਦੁਨਿਆਵੀ ਆ ਮਾੜੀ ਜੀ ਕੋਈ ਗੱਲ ਉਸ ਤਰ੍ਹਾਂ ਕਹਿ ਜੇ ਮੂੰਹ ਬਣਾ ਕੇ ਬਹਿ ਜਾਂਨੇ ਆ ਜਿਗਰਾ ਕਰੋ ਹਾਂ ਪਾਤਸ਼ਾਹ ਦਾ ਜਿਨ੍ਹਾਂ ਦੀ ਬਦੌਲਤ ਆ ਜੇ ਆਪਾਂ ਛਾਲਾਂ ਮਾਰਨੇ ਆ ਅਲਗੀਤਰ ਪਾਸ਼ਾ ਦਾ ਉਹਨਾਂ ਤੋਂ ਵੱਡਾ ਸੰਕਟ ਆ ਜਾਏਗਾ ਵੇਖੋ ਇਤਿਹਾਸ ਕਿੱਥੋਂ ਤੁਰਦਾ ਕਬੀਰ ਜੀ ਤੋਂ ਹਨਾ ਫਿਰ ਗੁਰੂ ਨਾਨਕ ਪਾਸ਼ਾ ਤੋਂ ਮਹਾਰਾਜ ਤੋਂ ਪੰਜਵੇਂ ਪਾਸ਼ਾ ਤੱਕ ਉੱਕਾ ਹੀ ਆਏ ਨੂੰ ਰਿਲੈਕਸ ਜਿਵੇਂ ਕੋਈ ਪਤਾ ਹੀ ਨਹੀਂ ਵੀ ਇਹ ਦੁਨੀਆ ਤੇ ਆਏ ਨੇ ਕਿ ਨਹੀਂ ਆਏ ਹੈ ਨਹੀਂ ਭਈ ਛੇਵੇਂ ਪਾਸ਼ਾ ਨੇ ਉਹ ਜਿਵੇਂ ਕਹਿੰਦੇ ਨੇ ਕੋਈ ਸਾਊਥ ਦੀ ਫਿਲਮ ਆਉਂਦੀ ਏ ਜੀ ਸਮਝਦੇ ਹੋ ਨਾ ਭਈ ਛੇਵੇਂ ਪਾਸ਼ਾ ਨੇ ਬਖਾ ਦਿੱਤਾ ਨਾ ਵੀ ਇਹ ਨਿਰੇ ਚੌਂਕੜਿਆਂ ਵਾਲੇ ਵੀ ਨਹੀਂ ਇਹ ਲਾਵਾ ਪਲਾਵਾ ਤੇ ਦਲਾਵਾ ਬਦਲਣ ਵਾਲੇ ਵੀ ਨੇ ਜੀ ਸਾਰੀ ਚੀਜ਼ ਪੜ੍ਹਦੀ ਏ ਟਕਸਾਲ ਦੀ ਇੱਕ ਮਰਿਆਦਾ ਸੀ ਪਹਿਲਾਂ ਬੱਚੇ ਨੂੰ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਪਤਾ ਨਹੀਂ ਮਹਾਰ ਨਹੀਂ ਪੜਾਈ ਜਾਂਦੇ ਸਨ ਜੀ ਕਈ ਤੇ ਮੇਰੇ ਵਾਂਗੂ ਅੱਕ ਜਾਂਦੇ ਸਨ ਯਾਰ ਵੀ ਇਹ ਕਦੋਂ ਪਾਠ ਸਿੱਖਾਂਗੇ ਕਦੋਂ ਸਾਡੀ ਐਵਰੇਜ ਨਿਕਲੇਗੀ ਗੱਲ ਤੇ ਈ ਸੀ ਨਾ ਪਰ ਉਹ ਇਹ ਗੱਲ ਹੈ ਵੀ ਗੁਰੂ ਜਿਹੜਾ ਪਰਮੇਸ਼ਰ ਹੈ ਨਾ ਅਥਾ ਹੈ ਜਿੰਨੀਆਂ ਬੱਚੇ ਅੱਜ ਸਾਡੇ ਤੇ مصیبتਾਂ ਜਾਂ ਅਸੀਂ ਆ ਵੇਖਣਦੇ ਆ ਨਾ ਚਾਰੇ ਪਾਸੇ ਆਉਰਾ ਜਿਹੜੀ ਆ ਤੂੰ ਬੇਅਦਮੀ ਵਾਲੀ ਗੱਲ ਵੀ ਕੀਤੀ ਕਿਸੇ ਦੀ ਕੀ ਹਿੰਮਤ ਹੈ ਪਿਓ ਦੇ ਹੱਥ ਪੈ ਜਾਏਗਾ ਮੈਂ ਤੇ ਇਹ ਸੋਚਣਾ ਹੈ ਵੀ ਤੇਰੀ ਕੋਈ ਸ਼ੈਤਾਨੀ ਹੈ ਕਿਸੇ ਦੀ ਯਰਤ ਕੀ ਹੈ 14 ਜੰਗਾਂ ਦੇ ਵਿੱਚ ਪਾਸ਼ਾ ਨੇ ਆਏ ਸੀ ਤੈਸੀ ਕਰਕੇ ਵਿਖਾਈ ਤੁਸੀਂ ਮੰਨੋਗੇ ਵੀ ਉਹਦੀ ਕੋਈ ਬੇਇੱਜ਼ਤੀ ਜਾਂ ਅਨਸਰਟ ਕਰ ਦੇਗਾ ਉਹਦੀ ਕੋਈ ਆ ਉਹ ਗੱਲ ਬੱਕਰੀ ਆਨੰਦ 'ਚ ਬੈਠੇ ਨੇ ਖਾਜਾ ਸਾਰਾ ਕੋਇ ਲੈ ਜਾ ਜਿਵੇਂ ਕਹਿੰਦਾ ਨਾ ਉਹ ਪਤਾ ਨਹੀਂ ਇੱਕ ਕਹਾਵਤ ਤੇ ਕਹਿੰਦਾ ਵੀ ਸਾਧੂ ਤੇ ਜੱਟ ਆਹੋ ਜਿਹੇ ਨੇ ਚਲੋ ਕਿਰਪਾ ਨਾਲ ਅਗਲਾ ਕਹਿੰਦਾ ਕਾਸ਼ਟਾਂ ਦੇ ਨਾਮ ਲੈਂਦਾ ਪਰ ਨਹੀਂ ਇਹ ਕੁਦਰਤ ਨੇ ਨਾਮ ਬਣਾਏ ਨੇ ਬੰਦਿਆਂ ਨੇ ਅਗੋਂ ਜਿਹੋ ਜਿਹਾ ਕੋਈ ਅਸਲ ਤੇ ਜਿਹੋ ਜਿਹਾ ਕਿਸੇ ਦਾ ਕੰਮਕਾਰ ਸੀ ਉਹੋ ਜਿਹਾ ਉਹਦੇ ਉਹ ਲੋਗੋ ਲਾਗੇ ਨੇ ਇਹੋ ਜੀ ਕੰਪਨੀ ਸੀ ਵਹੈ ਤੇ ਆਪਾਂ ਸਭ ਮਾਨਸਕੀ ਜਾਂ ਸਭ ਇੱਕ ਹੀ ਪਹਿਚਾ ਪਰਮੇਸ਼ਰ ਦੀ ਸਭ ਟੇਕ ਹੀ ਏ ਜੀ ਉਹ ਵੇਖੋ ਉਹਦੀ ਕੌਣ ਉਹਨੂੰ ਕਰ ਦੇਗਾ ਕੋਈ ਬੇਸ਼ਤੀ ਤੇ ਉਹਦੀ ਕਰ ਸਕਦਾ ਉਹਦਾ ਥੋੜਾ ਬੋਤਾ ਹੋਇਆ ਹੋਣਾ ਕੋਈ ਮਾਨਵ ਵੀ ਹਾਂ ਇਹਨੂੰ ਵੀ ਤਾਰਦੀ ਏ ਮੈਂ ਤੇ ਹੀ ਸੋਚਣਾ ਕਿੰਨੇ ਸਾਕੇ ਹੋਣਦੇ ਨੇ ਕਿੰਨਾ ਉਹ ਜਾ ਹੁੰਦਿਆ ਕਹਿੰਦੇ ਆ ਵਿੱਚ ਵਜਨ ਭੁੱਲ ਗਿਆ ਹਾਂ ਜੱਟ ਤੇ ਸਾਧ ਕਹਿੰਦੇ ਵੀ ਜੇ ਤੇ ਅੜਬ ਹੋ ਜਾਣਾ ਅੜਬ ਠੱਗੇ ਵਾਂਗੂੰ ਕਹਿੰਦਾ ਇੱਕ ਕੀੜਾ ਹੈ ਨਾ ਉਹਨੂੰ ਮੇਰੇ ਵੱਟ ਤੇ ਚੜਨ ਲੰਦੇ ਹਵਾ ਤੇ ਬਰੌਲੇ ਕੀ ਨੇ ਤੇ ਕਹਿੰਦਾ ਜੇ ਤੇ ਜਾਲੂ ਹੋ ਜਾਣਾ ਫਿਰ ਕਹਿੰਦਾ ਜਿਹੜਾ ਨਾਲ-ਨਾਲ ਕੰਡੇ ਨੇ ਨਾ ਉਹ ਵੀ ਕਹਿੰਦਾ ਲੈ ਜਾ ਸਾਰਾ ਕਹਿੰਦਾ ਹੁਣ ਜਾ ਫੇਰ ਤੇ ਕੁਝ ਨਹੀਂ ਚਾਹੀਦਾ ਜੇ ਦਿਆਲ ਹੋ ਜਾਣਾ ਦੇ ਕੇ ਵੀ ਕਹਾਵਤ ਹੈ ਕਹਿੰਦਾ ਮੰਗੇ ਤੇ ਗੁੜ ਦੀ ਭੇਲੀ ਦੇ ਦੇਗਾ ਗੰਨਾ ਨਹੀਂ ਤੋੜਨ ਦਵੇਗਾ ਇਸ ਰਹੀ ਫਸਲ ਨਸਲ ਤੇ ਅਸਲ ਦੀ ਜਿਹੜਾ ਪ੍ਰੈਕਟੀਕਲ ਸਾਡਾ ਜੀਵਨ ਹੈ ਜੋ ਜੋ ਜ਼ਿੰਦਗੀ ਚ ਵਿਚਰਿਆ ਜਿੰਨਾ ਜਿੰਨਾ ਕਿਸੇ ਨੇ ਸਫਰ ਤਾਂ ਕੀਤਾ ਕਦੀ ਛਪਾਇਆ ਨਹੀਂ ਜਾਂਦਾ ਖੁਸ਼ਬੂ ਹੋਵੇ ਉਹਨੂੰ ਕਿੰਨਾ ਕੁ ਤੁਸੀਂ ਕਿਸੇ ਚ ਰੱਖ ਲੋਗੇ ਤੇ ਗੰਧ ਦੀ ਵੀ ਸਗੰਧ ਹੋਵੇ ਤੇ ਉਹਨੂੰ ਕਿੱਥੋਂ ਲਕੋਲੋ ਰਹਿਣਾ ਹਰਕ ਨਹੀਂ ਏ ਜੇ ਪਾਪ ਏ ਪੁੰਨ ਏ ਜੇ ਪੁੰਨ ਏ ਤੇ ਜਾਂ ਫਿਰ ਉਸ ਚੀਜ਼ ਦਾ ਦਾਨ ਦੀ ਅਮਰਿਆਦਾ ਵੀ ਚੱਲਦੀਆਂ ਨੇ ਜੋੜਾ ਰਹੇਗਾ ਇੱਕ ਸਿੱਧੀ ਦੀ ਗੱਲ ਕਰਾਂ ਜਿਹੜੀ ਫਿਲਮ ਚ ਨਾ ਕਲੈਕਟਰਲੈਸ ਬੰਦਾ ਨੇ ਮਤਲਬ ਗੁੰਡਾ ਨਹੀਂ ਸਿੱਧਾ ਪੰਜਾਬੀ ਚ ਉਹ ਫਿਲਮ ਕਾਮਯਾਬ ਹੀ ਨਹੀਂ ਗੁਰੂ ਅਰਜਨ ਪਾਤਸ਼ਾਹ ਦਾ ਵਿਸ਼ਾ ਵੇਖੋ ਤਗੜਾ ਤਾਕਤ ਚੰਦੂ ਨੂੰ ਕੱਢ ਦੋ ਅਤੇ ਪਾਤਸ਼ਾਹ ਦੀ ਛਾਪ ਉਸ ਤਰ੍ਹਾਂ ਹੀ ਰਹੇਗੀ ਪਰ ਉਹ ਮੈਟਰ ਝੁਗਣਾ ਹੀ ਨਹੀਂ ਉਹ ਕਿੱਥੋਂ ਗੱਡੀ ਚੱਲਣੀ ਹੈ ਦੱਸੋ ਜੀ ਤੇ ਇਸ ਕਰਕੇ ਕਲਗੀਧਰ ਪਾਤਸ਼ਾਹ ਦਾ ਜੇ ਸੂਬੇ ਨੂੰ ਤੇ ਗੰਗੂ ਨੂੰ ਕੱਢ ਦੋ ਤੇ ਪਤਾ ਹੀ ਨਹੀਂ ਲੱਗਣਾ ਵੀ ਚਮਕੌਰ ਦੀ ਗੱਡੀ ਕਿ ਹੋਇਆ ਕੀ ਹੈ ਵਜ਼ੀਰ ਖਾਨ ਨੂੰ ਕੱਢ ਲਓ ਕੱਢ ਦੋ ਨਾਨਪੁਰ ਸਾਹਿਬ ਦੇ ਦੂਨੀ ਚੰਦ ਨੂੰ ਕੱਢ ਦੋ ਅਸਲ ਚੀਜ਼ਾਂ ਵੈਗਰੂ ਨੇ ਉਹੀ ਗੱਲ ਹੈ ਨਾ ਵੀ ਜਦੋਂ ਸ੍ਰਿਸ਼ਟੀ ਚ ਆਉਂਦਾ ਨਾ ਉਹ ਪਹਿਲਾਂ ਨਕਸ਼ਾ ਬਣਾਉਂਦਾ ਤੂੰ ਮੇਰੇ ਨਾਲ ਰਹਿਣਾ ਹੋਵੇ ਤੂੰ ਇੱਥੇ ਆ ਕਰਨਾ ਆ ਕਰਨਾ ਹੈ ਇਕੱਠੇ ਹੀ ਨੇ ਉਹ ਤੇਰੇ ਮੇਰੇ ਵਰਗ ਨੂੰ ਪੰਬੜ ਪੂਸੇ ਜੇ ਪਾਤਾ ਵੀ ਆ ਜਾ ਤੂੰ ਜਿਹੜਾ ਜ਼ਿਆਦਾ ਬਣਿਆ ਨਾ ਤੈਨੂੰ ਤੂੰ ਜ਼ਿਆਦਾ ਜ਼ਿਆਦਾ ਗੱਲ ਕਰਨ ਦਾ ਹੱਕ ਸੱਚ ਦੀ ਆ ਜਾ ਤੈਨੂੰ ਅੱਗੇ ਲਾਈਏ ਇਸ ਕਰਕੇ ਜਿਹੜਾ ਯੋਧਾ ਹੁੰਦਾ ਤੇ ਬਲੀਦਾਨ ਹੁੰਦਾ ਉਹਦਾ ਪੇਤ ਨਹੀਂ ਫਿਰ ਉਹੀ ਬਜਨ ਆਉਂਦਾ ਐਂਡ ਤੇ ਵੀ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਵੀ ਗੁਰੂ ਨੇ ਤਰਸ ਕੀਤਾ ਤੇ ਸਾਧੂ ਮਹਾਂਪੁਰਖਾਂ ਦਾ ਭਗਤਾਂ ਦਾ ਤੇ ਐਡੇ ਐਡੇ ਸਾਡੇ ਇਤਿਹਾਸਾਂ ਦੇ ਸਾਨੂੰ ਇਸ ਪੰਜਾਬ ਦੀ ਧਰਤੀ 'ਚ ਜਨਮ ਲੈ ਕੇ ਧੰਨਵਾਦ ਹੀ ਕਰੀਏ ਸਾਡੇ ਕੋਲ ਤਾਂ ਗਿਫਟ ਹੀ ਬੜਾ ਗੋਰੇ ਤਰਸਦੇ ਨੇ ਵੀ ਸਾਨੂੰ ਇੰਡੀਆ ਫਿਰ ਦੇ ਦਿਓ ਦੁਬਾਰਾ ਆਪਣੇ ਆਪਣੇ ਡਾਲਰ ਤਰਸਦੇ ਨੇ ਬੰਦੇ ਬਾਹਰ ਜਾ ਰਹੇ ਹੁਣ ਪੰਜਾਬ ਦੀ ਵੀ ਬੜੀ ਗੱਲ ਕਰਦੀ ਪੰਜਾਬ ਖਾਲੀ ਹੋ ਜਾਏਗਾ ਫਲਾਂ ਹੋ ਜਾਏਗਾ ਕਿੰਨੀ ਵਾਰੀ ਖਾਲੀ ਹੋਇਆ ਜਿਹਦਾ ਇਤਿਹਾਸ ਹੀ ਤਗੜਾ ਉਹਨੂੰ ਮੈਂ ਨਹੀਂ ਮੰਨਦਾ ਵੀ ਉਹ ਕੋਈ ਹਾਂ ਉਹ ਗੱਲ ਹੈ ਕਰਮਾ ਬਾਦ ਕੋਈ ਪਿੰਡ ਉਜੜ ਗਿਆ ਹੋਵੇ ਉਜੜ ਜੇ ਜੀ ਕਿ ਨਹੀਂ ਜਿਹਦੀ ਖਤਰਨਾਕੀ ਵੱਡੀ ਹੀ ਤਾਕਤ ਹੈ ਨਾ ਤੂੰ ਮੈਂ ਖਤਮ ਹੋ ਸਕਨੇ ਆ ਉਹ ਨਹੀਂ ਤੋਬਾ ਤੋਬਾ ਉਹਨੂੰ ਜੇ ਕੋਈ ਖਤਮ ਕਰੇਗਾ ਮੈਨੂੰ ਲੱਗਦਾ ਆਪਣਾ ਵੀ ਕਰਨ ਦੇ ਉਹ ਜਿੰਨੀਆਂ ਸਾਰੀਆਂ ਹੁੰਦੀਆਂ ਨੇ ਇਹ ਸਿਰਫ ਕਈ ਵਾਰੀ ਸਿਆਸਤਾਂ ਦਾ ਲਾਲੂ ਜਾਂ ਕਿਸੇ ਨੂੰ ਉਂਗਲ ਦੇ ਦੇਣੀ ਜਿਵੇਂ ਨਿਆਣੇ ਨੂੰ ਫਿਰਕੀ ਦੇ ਦੇਣਾ ਉਹ ਜਦ ਤੂੰ ਮੈਂ ਆ ਸ਼ਾਇਦ ਵਾਂਗਾ ਤੂੰ ਆ ਕੰਮ ਕਰਕੇ ਉਹ ਤੇ ਚੰਡ ਮਾਰ ਕੇ ਆ ਦਲੇਰੀ ਦੇਣੀ ਉਸ ਤਰ੍ਹਾਂ ਦੱਸੋ ਹਾਂ ਆਪਾਂ ਰਾਹ 'ਚ ਜਾਣੇ ਆ ਕਿਸੇ ਨਾਲ ਕੋਈ ਧੱਕਾ ਹੋ ਜਾਏਗਾ ਜਾਂ ਫਿਰ ਤੁਹਾਡੇ ਤੋਂ ਕੋਈ ਖਾਰ ਖਾਂਦਾ ਹੋਣਾ ਤੇ ਨਹੀਂ ਪਿੰਡ 'ਚ ਜੋਗੀ ਵੀ ਆਉਂਦੇ ਨੇ ਵਿਰੋਧੀ ਵੀ ਆਉਂਦੇ ਨੇ ਗ੍ਰਸਤੀ ਤੇ ਭੋਗੀ ਵੀ ਆਉਂਦੇ ਨੇ ਕਈ ਵਾਰੀ ਸਤ ਸੰਤੋਖੀ ਵੀ ਆਉਂਦੇ ਨੇ ਪਿੰਡ ਉਹੀ ਹੈ ਹੁਣ ਜੇ ਪਿੰਡ ਵਾਲੇ ਕਹਿਣ ਯਾਰ ਤੂੰ ਪਿੰਡ 'ਚ ਨਹੀਂ ਵੜਨਾ ਤੇ ਪਿੰਡ ਦਾ ਫਿਰ ਨਾ ਕਿਵੇਂ ਵੱਜੇਗਾ ਇਸ ਕਰਕੇ ਮਿਕਸ ਜੂਸ ਪੀਣਾ ਪੈਣਾ ਉਹਦੇ ਨਾਮ ਨਾਲ ਜਿਉਣਾ ਪੈਣਾ ਲਾਡੇ ਦਾ ਆਪਣੇ ਜੀਵਨ ਦਾ ਪਤਾ ਨਹੀਂ ਪਰ ਇਹਦੇ ਵਿੱਚ ਰਹਿਣਾ ਪੈਣਾ ਬੋਲੋ ਵਾਹਿਗੁਰੂ ਕਿਰਪਾ ਕਰੇ ਤੇ ਬੜਾ ਧੰਨਵਾਦ ਸਾਰਿਆਂ ਦਾ ਹੀ ਤੇ ਇਹੀ ਗੱਲ ਹੈ ਵੀ ਬਸ ਦਸਤਾਖੀ ਮਾਫ ਕਰਿਓ ਬੋਲਣਾ ਤਾਂ ਇਹ ਨਾ ਹੁੰਦਾ ਨਾ ਹੀ ਨਹੀਂ ਅਗਲ ਹੈ ਨਾ ਹੀ ਪਤਾ ਯਾਰ ਨਿੰਦੇ ਆ ਉਸਤ ਨਿੰਦਿਆ ਤੋਂ ਤਿਆਗ ਕਰੀਏ ਕਿਸੇ ਨੂੰ ਆਪਾਂ ਨਾ ਪੰਡੀਏ ਆਪਣੇ ਜੀਵਨ ਨਾਲ ਤੁਸੀਂ ਜ਼ਿੰਮੇ ਦੇ ਹੈਗੇ ਉਹਨਾਂਵੇਂ ਦੇ ਬਣ ਜੋ ਜੇ ਕੰਡਿਆਂ 'ਚ ਤੋਂ ਸੁਟਿਆ ਨਾ ਕੰਡਿਆਂ ਦੀ ਆਦਤ ਪਾ ਲੋ ਆਪ ਹੀ ਫੁੱਲ ਬਣ ਜਾਓਗੇ ਕਿ ਨਹੀਂ ਜਿਵੇਂ ਜਿਵੇਂ ਦਾ ਰਹਿਣੀ ਬਿਆਣੀ ਹਾਂ ਸੰਸਾਰੀ ਲੋਕ ਆ ਆਪਾਂ ਵਿਸ਼ੇ ਵਿਕਾਰਾਂ ਦੇ ਮਾਰੇ ਆ ਤੇ ਬਾਬੇ ਨਾਨਕ ਨੇ ਤਾਰੇ ਨੇ ਜੇ ਤੇ ਉਹਦੇ ਦੁਆਰੇ ਆ ਫਿਰ ਬਚਨ ਦੀ ਆਸ ਨਹੀਂ ਤੇ ਲਾਡਿਆ ਜੁਗਾ ਦੁਗਾ ਦਾ ਬਨਵਾਸ ਤੁਹਾਡਾ ਪਹਿਲਾਂ ਵੀ ਸੁਣਿਆ ਤੁਸੀਂ ਗਾंदे ਵੀ ਹੋ ਤੇ ਤੁਸੀਂ ਤੁਹਾਡੇ ਕੁਝ ਮਨ ਚ ਹੋਵੇ ਤਾਂ ਜ਼ਰੂਰ ਅਸੀਂ ਕੀ ਗਾਣਾ ਸੀ ਕਿਹੜਾ ਕੋ ਕਵੀ ਆ ਜਾਂ ਕੁਝ ਆ ਤੇ ਉਹਦੇ ਉੱਲ ਧਿਆਨ ਕਰ ਠੀਕ ਹੈ ਬਈ ਗੁਰੂ ਸਾਹਿਬ ਇਹ ਵਾ ਸਿਮਰਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਤੇ ਨਾਮ ਹੈ ਸੰਗਤ ਨਾਲ ਇਕੱਲੇ ਬੈਠੇ ਰਹੀਏ ਜਿਵੇਂ ਵਾਹੇ

구루 Whoa.

ਸਤ ਨਾਮ ਅ ਰੱਬ ਦਾ ਬੰਦਾ ਪੇਜ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰੋ ਉਹਨੂੰ ਲਾਈਕ ਕਰੋ ਤੇ ਉਹਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਜੋ ਆ ਬਾਬਾ ਲਾਡਾ ਉਹਨਾਂ ਦੀ ਹਰ ਇੱਕ ਗੀਤ ਤੁਹਾਡੇ ਤੱਕ ਪਹੁੰਚ ਸਕੇ YouTube ਤੇ ਚੈਨਲ ਹੈ ਜਿਹਦਾ ਲਿੰਕ ਦੇ ਦਿੱਤਾ ਗਿਆ ਹੈ ਰੱਬ ਦਾ ਬੰਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ